ਅੱਜ ਜਿਹੜੀ ਕਹਾਣੀ ਲੈ ਕੇ ਹਾਜ਼ਰ ਹੋਏ ਆਂ ਜਿਹੜੇ ਕਹਾਣੀ ਦੇ ਵਿੱਚ ਅੱਪ ਅੱਗੇ ਵਧਾਂਗੇ ਤੇ ਇਹਦੇ ਵਿੱਚ ਹੈਰਾਨੀ ਜਿਹਨੇ ਖੁਲਾਸੇ ਹੋਣਗੇ ਇਹ ਰਿਸ਼ਤੇ ਦੇਖਿਓ ਕਿਹੜੇ ਪਾਸੇ ਜਾ ਰਹੇ ਨੇ ਕ ਲਾਲਚ ਦੇ ਵਿੱਚ ਆ ਕੇ ਤਾਂ ਕਹਾਣੀ ਦੀ ਸ਼ੁਰੂਆਤ ਕਰਦੇ ਆਂ 19 ਜਨਵਰੀ 2024 ਦੀ ਘਟਨਾ ਰਾਜਦੀਪ ਖੋੜ ਜਿਹੜੀ ਕਿ ਯੂ ਐਸ ਏ ਦੀ ਸਿਟੀਜ਼ਨ ਉਹਦਾ ਅੱਜ ਤੋਂ 7 ਸਾਲ ਪਹਿਲਾਂ ਵਿਆਹ ਹੁੰਦਾ ਨੰਨੋ ਮਲੀਆਂ ਜ਼ਿਲ੍ਹਾ ਕਪੂਰਥਲਾ ਤੇ ਜਿਹੜੀ ਰਾਜਦੀਪ ਹੁੰਦੀ ਹੈ ਉਹ ਅਮਰੀਕਾ ਦੀ ਸਿਟੀਜ਼ਨ ਹੁੰਦੀ ਹੈ ਤੇ ਪੰਜਾਬ ਦੇ ਵਿੱਚ ਜਲੰਧਰ ਮੱਖੋਵਾਲ ਪਿੰਡ ਹੁੰਦਾ ਹੈ। ਡਿਸਟ੍ਰਿਕਟ ਜਲੰਧਰ ਦੇ ਵਿੱਚ। ਤੇ ਇਹਨਾਂ ਦਾ ਆਪਸ ਦੇ ਵਿੱਚ ਵਿਆਹ ਹੁੰਦਾ ਹੈ। ਵਿਆਹ ਤੋਂ ਬਾਅਦ ਉਹਨੂੰ ਅਮਰੀਕਾ ਚਲੇ ਜਾਂਦੇ ਨੇ। ਉੱਥੇ ਰਹਿੰਦੇ ਨੇ ਤੇ ਕੁਝ ਸਮੇਂ ਬਾਅਦ ਇਹਨਾਂ ਦਾ ਬੇਟਾ ਹੁੰਦਾ ਹੈ। ਤੇ ਜਿਹੜੀ ਜ਼ਿੰਦਗੀ ਇਹਨਾਂ ਦੀ ਬਹੁਤ ਵਧੀਆ ਉੱਥੇ ਗੁਜ਼ਰ ਬਸਰ ਚੱਲਦੀ ਹੈ। ਦੋਨੋਂ ਜਿਹੜੇ ਕੰਮ ਕਰਦੇ ਨੇ। ਜਿਹੜੀ ਰਾਜਨੀਪ ਹੁੰਦੀ ਹੈ ਇਹ ਉੱਥੋਂ ਦੀ ਸਿਟੀਜ਼ਨ ਹੁੰਦੀ ਹੈ। ਪਰ ਜਿਹੜਾ ਇਹਦਾ ਘਰ ਵਾਲਾ ਹੁੰਦਾ ਮਨਜਿੰਦਰ ਸਿੰਘ ਉਹ ਉੱਥੇ 2 ਨੰਬਰ ਦੇ ਵਿੱਚ ਹੁੰਦਾ। ਉਹਨੂੰ ਵਰਕ ਪਰਮਿਟ ਉੱਥੇ ਨਹੀਂ ਮਿਲਿਆ ਹੁੰਦਾ। ਤੋ ਦੋ ਨੰਬਰ ਦੇ ਵਿੱਚ ਉਹਤੇ ਕੰਮ ਕਰਦਾ ਪਰ ਫਿਰ ਇਹ ਪਰਿਵਾਰ ਇਕੱਠਾ ਹੁੰਦਾ ਹੈ ਬੇਟਾ ਹੁੰਦਾ ਇਹਨਾਂ ਦਾ ਇੱਕ ਬੇਟਾ ਹੁਣ 5 ਸਾਲ ਦਾ ਹੋ ਜਾਂਦਾ ਹੈ ਤੇ ਜਿਹੜੀ ਰਾਜਦੀਪ ਹੁੰਦੀ ਹੈ ਉਹ ਮਨਜਿੰਦਰ ਦੀ ਭੂਆ ਦੇ ਮੁੰਡੇ ਦਾ ਵਿਆਹ ਹੁੰਦਾ ਤੇ ਉਸ ਕਰਕੇ ਉਹ ਇੰਡੀਆ ਹੁੰਦੀ ਹੈ 12 ਜਨਵਰੀ ਨੂੰ 12 ਜਨਵਰੀ ਨੂੰ ਇੰਡੀਆ ਜਾਂਦੀ ਹੈ ਜਦੋਂ ਤੋ ਆਪਣੇ ਸਹੁਰੇ ਪਰਿਵਾਰ ਪਹੁੰਚ ਜਾਂਦੀ ਹੈ ਸਹੁਰੇ ਜਾਂਦੀ ਹੈ ਉੱਥੇ ਰਹਿੰਦੀ ਹੈ 5-7 ਦਿਨ ਹੁਣ 5-7 ਦਿਨ ਰਹਿਣ ਤੋਂ ਬਾਅਦ 19 ਜਨਵਰੀ ਨੂੰ ਜਿਹੜੀ ਰਾਜਦੀਪ ਹੁੰਦੀ ਹੈ ਉਹਦੀ ਮਾਂ ਨੂੰ ਫੋਨ ਜਾਂਦਾ ਉਹਨਾਂ ਦੇ ਜਵਾਈ ਮਨਜਿੰਦਰ ਸਿੰਘ ਦਾ ਵੀ ਜਿਹੜੀ ਰਾਜਦੀਪ ਹੈ ਉਹ ਬੋਲ ਨਹੀਂ ਰਹੀ। ਕੋਠ ਨਹੀਂ ਰਹੀ। ਤੋਂ ਹੈਰਾਨ ਹੁੰਦੇ ਨੇ ਵੀ ਬੋਲ ਕਿਉਂ ਨਹੀਂ ਰਹੀ? ਚੰਗੀ ਭਲੀ ਇੱਥੋਂ ਗਈ ਹੈ। ਤੰਦਰੁਸਤੀ ਨਾ ਕੋਈ ਬਿਮਾਰੀ ਨਾ ਠਮਾਰੀ। ਨਾ ਕੋ ਗੱਲ ਨਾ ਬਾਤ ਨਾ ਉਹਦੀ ਕੋਈ ਮੈਡੀਕਲ ਹਿਸਟਰੀ ਨਾ ਉਹਦੀ ਕੋਈ ਦਵਾਈਦਾਰੂ ਚੱਲਦੀ ਸੀ। ਐਵੇਂ ਕਿਵੇਂ ਨਹੀਂ ਹੋ ਟਰੀ। ਤੋਂ ਉਹ ਵੀ ਫੋਨ ਟਰਾਈ ਕਰਦੇ ਨੇ ਤੇ ਜਿਹੜਾ ਰਾਜਦੀਪ ਦਾ ਫੋਨ ਦਾ ਨਹੀਂ ਲੱਗਦਾ ਤੇ ਉਹਦੇ ਮਾਂ-ਬਾਪ ਨੂੰ ਫੋਨ ਕੀਤਾ ਜਾਂਦਾ ਤੇ ਉਹ ਵੀ ਇਹੀ ਕਹਿੰਦੇ ਨੇ ਵੀ ਇਹ ਉੱਠ ਨਹੀਂ ਰਹੀ। ਉਹ ਤੋਂ ਬਾਅਦ ਫਿਰ ਮਨਜਿੰਦਰ ਦਾ ਜਿਹੜਾ ਫੋਨ ਜਾਂਦਾ ਉਹ ਕਹਿੰਦਾ ਵੀ ਇਹਦੀ ਜਿਹੜੀ ਹੈ ਡੈਥ ਹੋ ਚੁੱਕੀ ਹੈ ਮਾ ਮਾਪ ਨਾਲ ਗੱਲ ਕਰਦੇ ਨੇ ਤਾਂ ਉਹ ਵੀ ਕਹਿੰਦੇ ਡੈਥ ਹੋ ਚੁੱਕੀ ਉਹ ਹੈਰਾਨ ਹੁੰਦੇ ਨੇ ਜਿਹੜੀ ਮਾਂ ਹੁੰਦੀ ਹੈ ਰਾਜਦੀਪ ਕੌਰ ਦੀ ਉਹ ਯੂਕੇ ਦੇ ਵਿੱਚ ਹੁੰਦੀ ਹੈ ਉਹ ਉੱਥੋਂ ਫਟਾਫਟ ਜਿਹੜਾ ਇੰਡੀਆ ਪਹੁੰਚਦੀ ਹੈ ਇੰਡੀਆ ਪਹੁੰਚ ਕੇ ਗੱਲ ਕਰਦੀ ਹੈ ਉਹਨਾਂ ਨਾਲ ਤਾਂ ਉਹਨਾਂ ਦੇ ਜਿਹੜੇ ਮਾਪੇ ਹੁੰਦਾ ਉਹਨਾਂ ਦਾ ਕਹਿਣਾ ਹੁੰਦਾ ਵੀ ਰੂਮ ਹੀਟਰ ਸੀ ਇਹਨੇ ਲਾਇਆ ਹੋਇਆ ਸੀ ਕਮਰੇ 'ਚ ਤੇ ਉਹਦੀ ਜਿਹੜੀ ਗੈਸ ਬਣ ਕਰਕੇ ਇਹਦੀ ਡੈਥ ਹੋਈ ਹੈ ਹੁਣ ਜਦੋਂ ਮਨਜਿੰਦਰ ਨਾਲ ਗੱਲ ਹੁੰਦੀ ਹੈ ਉਹ ਕਹਿੰਦਾ ਹਾਰਟ ਅਟੈਕ ਨਾਲ ਜਿਹੜੀ ਮੌਤ ਹੋਈ ਹੈ ਉਹ ਜਿਹੜੇ ਇਹਨਾਂ ਦੇ ਆਪਸ ਦੇ ਬਿਆਨ ਸੀ ਮਾਪੇ ਦਾ ਬਿਆਨ ਜਿਹੜਾ ਅੱਡ ਸੀ ਮਨਜਿੰਦਰ ਦਾ ਅੱਡ ਸੀ ਤਾਂ ਮਾਂ ਨੂੰ ਸ਼ੱਕ ਹੁੰਦਾ ਮਾਂ ਨੂੰ ਪਹਿਲਾਂ ਵੀ ਸ਼ੱਕ ਹੁੰਦਾ ਵੀ ਇੱਕ ਤੰਦਰੁਸਤ ਗਈਏ ਤੋਂ ਬੇਟੀ ਦੇ ਇੱਕਦਮ ਮੋਦੀ ਡੈਥ ਕਿਵੇਂ ਹੋ ਗਈ ਤੇ ਹਜੇ 30 ਸਾਲ ਉਮਰ ਸੀ ਸਾਰੀ ਉਹਦੀ ਇੱਕ 5 ਸਾਲ ਦਾ ਬੇਟਾ ਸੀ ਇਹਨਾਂ ਦਾ ਤੇ ਮਾਂ ਪੁੱਤ ਦੋਨੋਂ ਗਏ ਸੀ ਆਪਣੇ 5 ਸਾਲ ਦੇ ਬੇਟੇ ਨਾਲ ਇੰਡੀਆ ਗਈ ਸੀ ਉੱਥੇ ਮਨਜਿੰਦਰ ਦੀ ਭੂਆ ਦੇ ਮੁੰਡੇ ਦਾ ਵਿਆਹ ਸੀ ਉੱਥੇ ਉਹ ਐਟੈਂਡ ਕਰਨਾ ਸੀ ਉਹਨੇ ਕਿਉਂਕਿ ਜਿਹੜਾ ਮਨਜਿੰਦਰ ਆ ਉਹ ਇੰਡੀਆ ਨਹੀਂ ਸੀ ਆ ਸਕਦਾ ਕਿਉਂਕਿ ਉਹ ਹਜੇ ਉੱਥੇ ਦੂਰ ਨੰਬਰ ਦੇ ਦੇ ਸੀ ਜੇ ਇੰਡੀਆ ਵਾਪਸ ਆਉਂਦਾ ਤਾਂ ਵਾਪਸ ਅਮਰੀਕਾ ਨਹੀਂ ਸੀ ਜਾ ਸਕਦਾ ਹੁਣ ਜਦੋਂ ਮਾਂ ਆਉਂਦੀ ਹੈ ਤਾਂ ਮਾਂ ਨੂੰ ਸ਼ੱਕ ਹੁੰਦਾ ਫਿਰ ਉਹ ਪੁਲਿਸ ਦੇ ਵਿੱਚ ਰਿਪੋਰਟ ਲਿਖਾਉਂਦੀ ਹੈ ਰਿਪੋਰਟ ਲਿਖਾਈ ਜਾਂਦੀ ਹੈ ਉਸ ਤੋਂ ਬਾਅਦ ਜਿਹੜੀ ਪੁਲਿਸ ਹੁੰਦੀ ਹੈ ਹਰਕਤ ਦੇ ਵਿੱਚ ਹੁੰਦੀ ਹੈ ਵੀ ਇੱਕ ਜਿਹੜੀ ਔਰਤ ਬਾਹਰੋਂ ਆਈ ਤੇ ਘਰ ਦੇ ਵਿੱਚ ਐਵੇਂ ਡੈਥ ਹੋਈ ਹੈ ਕਿਉਂਕਿ ਜਿਹੜੀ ਉਹਦੀ ਮਾਂ ਨੂੰ ਆਉਣ ਨੂੰ 2-3 ਦਿਨ ਲੱਗੇ ਸੀ ਤਾਂ ਇਹਨਾਂ ਦੇ ਜਿਹੜੇ ਪੇਰੈਂਟ ਸੀ ਮਨਜਿੰਦਰ ਦੇ ਇਹਨਾਂ ਨੇ ਫ੍ਰਿਜ ਦੇ ਵਿੱਚ Laash ਲਵਾਤੀ ਸੀ ਹੁਣ ਜਦੋਂ ਐਫਆਈਆਰ ਹੁੰਦੀ ਹੈ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਜਦੋਂ ਮਨਜਿੰਦਰ ਨਾਲ ਵੀ ਗੱਲ ਕਰਦੀ ਹੈ ਮਾਪੇ-ਬਾਪ ਨਾਲ ਗੱਲ ਕਰਦੀ ਹੈ ਤਾਂ ਉਹਨਾਂ ਨੂੰ ਵੀ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਸਹੀ ਨਹੀਂ ਲੱਗਦੀ। ਹੁਣ ਜਿਹੜੀ ਪੁਲਿਸ ਹੁੰਦੀ ਹੈ ਉਹ ਕੜੀਆਂ ਨੂੰ ਜੋੜਨਾ ਸ਼ੁਰੂ ਕਰਦੀ ਹੈ। ਕਿ ਕਦੋਂ ਆਈ ਕਿਵੇਂ ਆਈ ਇਹਨਾਂ ਦੇ ਰਿਲੇਸ਼ਨ ਕਿਵੇਂ ਦੇ ਸੀ ਕੀ ਗੱਲ ਹੋਈ ਤੇ ਹੁਣ ਜਿਹੜੀ ਬਾਡੀ ਹੁੰਦੀ ਹੈ ਉਹਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਹੈ। ਉਹਨਦਰ ਬੋਡੀ ਦੀ ਪੋਸਟਮਾਰਟਮ ਦੀ ਰਿਪੋਰਟ ਆਉਣੀ ਹੁੰਦੀ ਵੀ ਰਿਪੋਰਟ ਆਉਣੀ ਹੁੰਦੀ ਐ ਇਹਦੇ ਨੂੰ ਪੁਲਿਸ ਜਿਹੜੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੰਦੀ ਆ ਤੇ ਮਾਂ ਦਾ આરોਪ ਹੁੰਦਾ ਵੀ ਜਿਹੜਾ ਮੇਰੀ ਬੇਟੀ ਨੂੰ ਮਾਰਨ ਦੇ ਵਿੱਚ ਮੇਰੇ ਜਵਾਈ ਦਾ ਹੱਥ ਹੈ ਜਵਾਈ ਦੇ ਕਹਿਣ ਤੇ ਉਹਦੇ ਮਾਪੇ ਨੇ ਇਹਦੀ ਹੱਤਿਆ ਕੀਤੀ ਐ ਤੇ ਹੁਣ ਜਿੰਨਾ ਚਿਰ ਪੋਸਟਮਾਰਟਮ ਦੀ ਰਿਪੋਰਟ ਨਹੀਂ ਸੀ ਆਉਂਦੀ ਉਹਨਾਂ ਚਿਰ ਪੁਲਿਸ ਵੀ ਕਿਸੇ ਨਤੀਜੇ ਤੇ ਨਹੀਂ ਸੀ ਜਾ ਸਕਦੀ ਕਿਉਂਕਿ ਪੁਲਿਸ ਆਪਣੇ ਵੱਲੋਂ ਕੁਝ ਨਹੀਂ ਸੀ ਬਣਾ ਸਕਦੀ ਚਾਹੇ ਕਤਲ ਵੀ ਹੋਇਆ ਤਾਂ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗਣਾ ਸੀ ਹੁਣ ਸਾਰੇ ਬੇਸਬਰੀ ਨਾਲ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਹੈ ਉਹਦਾ ਇੰਤਜ਼ਾਰ ਕਰਦੇ ਨੇ ਤਾਂ ਪੋਸਟਮਾਰਟਮ ਦੀ ਜਿਹੜੀ ਰਿਪੋਰਟ ਆਉਂਦੀ ਹੈ ਉਹਦੇ ਵਿੱਚ ਹਰਾਨੀ ਜਣ ਕਲਾਸਾ ਹੁੰਦਾ ਹੈ ਵੀ ਜਿਹੜੀ ਰਾਜਦੀਪ ਗੌਰ ਹੈ ਇਹਦੀ ਕਿਸੇ ਨੇ ਗਲਾ ਘੁੱਟਿਆ ਗਲਾ ਘੁੱਟ ਕੇ ਦਮ ਘੁੱਟਣ ਨਾਲੇ ਦੀ ਮੌਤ ਹੋਈ ਹੈ ਤਾਂ ਜਿਹੜੀ ਮੋਡਲੀ ਰਿਪੋਰਟ ਆਉਂਦੀ ਹੈ ਉਹਦੇ ਵਿੱਚ ਸਾਫ਼ ਹੋ ਜਾਂਦਾ ਹੈ ਵੀ ਇਹਦਾ ਗਲਾ ਘੁੱਟਿਆ ਗਿਆ ਕਿਸੇ ਚੀਜ਼ ਹੁਣ ਮਨਜਿੰਦਰ ਦੇ ਮਾਪੇ ਨੂੰ ਗ੍ਰਿਫਤਾਰ ਕਰਕੇ ਤੇ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਲਿਆ ਜਾਂਦਾ ਹੈ ਉਹਨਾਂ ਤੋਂ ਪੂਰੀ ਇਨਵੈਸਟੀਗੇਸ਼ਨ ਕਰਨ ਵਾਸਤੇ ਵੀ ਉਸ ਦਿਨ ਘਟਨਾ ਕੀ ਹੋਈ ਹੈ ਕੀ ਵਾਪਰਿਆ ਤੇ ਜਿਹੜੀ ਰਾਜਦੀਪ ਦੀ ਮਾਂ ਹੁੰਦੀ ਹੈ ਉਹਦੇ ਵੀ ਬਿਆਨ ਦਰਜ ਕੀਤੇ ਜਾਂਦੇ ਨੇ ਉਹਦਾ ਕਹਿਣਾ ਹੁੰਦਾ ਵੀ ਉੱਥੇ ਵੀ ਜਿਹੜਾ ਮਨਜਿੰਦਰ ਹੈ ਮੇਰੀ ਲੜਕੀ ਤੇ ਦਬਾਅ ਬਣਾਉਂਦਾ ਸੀ ਉਹਨੂੰ ਮਾਰਦਾ ਕੁੱਟਦਾ ਸੀ ਤੇ ਉਹਨੂੰ ਜਿਹੜਾ ਮਨਜਿੰਦਰ ਹੁੰਦਾ ਜਿਹੜੀ ਰਾਜਦੀਪ ਦੀ ਪ੍ਰਾਪਰਟੀ ਹੁੰਦੀ ਹੈ ਉੱਤੇ ਦਬਾਅ ਬਣਾਉਂਦਾ ਵੀ ਇਹ ਜਿਹੜੀ ਪ੍ਰਾਪਰਟੀ ਹੈ ਤੂੰ ਮੇਰੇ ਨਾਲ ਵਾ ਤਾਂ ਕਿ ਮੈਂ ਇਹ ਤੇ ਪੱਕਾ ਹੋ ਸਕਾਂ ਪਰ ਜਿਹੜੀ ਰਾਜੀਪ ਹੁੰਦੀ ਹੈ ਉਹ ਪ੍ਰਾਪਰਟੀ ਉਹਦੇ ਨਾਮ ਨਹੀਂ ਲਵਾਉਂਦੀ ਇਸ ਗੱਲ ਤੋਂ ਇਹਨਾਂ ਦੀ ਬਹੁਤ ਜ਼ਿਆਦਾ ਲੜਾਈ ਝਗੜੇ ਹੁੰਦੇ ਨੇ ਤੇ ਜਦੋਂ ਗੱਲ ਆਉਂਦੀ ਹੈ ਵੀ ਜਿਹੜਾ ਇੰਡੀਆ ਵਿਆਹ ਆਈ ਸੀ ਇੱਥੇ ਆ ਕੇ ਪਤਾ ਲੱਗਦਾ ਵੀ ਕੋਈ ਵਿਆਹ ਨਹੀਂ ਸੀ ਨਾ ਮਨਜਿੰਦਰ ਦੀ ਭੂਆ ਦੇ ਮੁੰਡੇ ਦਾ ਕੋਈ ਵਿਆਹ ਸੀ ਨਾ ਕੋਈ ਇੰਗੇਜਮੈਂਟ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੋਗਰਾਮ ਨਹੀਂ ਸੀ ਇਹ ਮਨਜਿੰਦਰ ਪਹਿਲਾਂ ਹੀ ਸੋਚੀ ਬੈਠਾ ਸੀ ਇਹ ਪਲਾਨਿੰਗ ਦੇ ਤਹਿਤ ਹੋਇਆ ਸੀ ਸਾਰਾ ਕੁਝ ਜਲਦੀ ਭੂਆ ਦੇ ਮੁੰਡੇ ਦਾ ਵਿਆਹ ਕਰਕੇ ਇੱਥੇ ਭੇਜਿਆ ਗਿਆ ਇੱਥੇ ਭੂਆ ਦੇ ਮੁੰਡੇ ਦਾ ਵਿਆਹ ਨਹੀਂ ਸੀ ਤੇ 12 ਜਨਵਰੀ ਨੂੰ ਹੁੰਦੀ ਹੈ 19 ਜਨਵਰੀ ਨੂੰ ਦੀ హత్య ਕਰ ਦਿੱਤੀ ਜਾਂਦੀ ਹੈ ਮਾਂ ਬਾਪ ਨੂੰ ਅਰੈਸਟ ਕੀਤਾ ਜਾਂਦਾ ਤੇ ਇੱਕ ਪੁਲਿਸ ਨੂੰ ਇਨਵੈਸਟੀਗੇਸ਼ਨ ਦੇ ਵਿੱਚ ਇਹ ਪਤਾ ਲੱਗਦਾ ਵੀ ਜਿਹੜੀ ਰਾਜਦੀਪ ਕੌਰ ਸੀ ਇਹਦੀ ਬਹੁਤ ਵੱਡੀ ਇੱਕ ਇੰਸ਼ੂਰੈਂਸ ਪਾਲਿਸੀ ਸੀ ਤੇ ਜਿਹੜੀ ਇਹਦੇ ਮਰਨ ਤੋਂ ਬਾਅਦ ਜਿਹੜਾ ਨਾਮਨੀ ਸੀ ਮਨਜਿੰਦਰ ਸਿੰਘ ਸੀ ਜਿਹੜੀ ਕੇ ਸਾਰੀ ਰਕਮ ਉਹਨੂੰ ਮਿਲਣੀ ਸੀ ਉਹਨੂੰ ਪਲਾਨਿੰਗ ਦੇ ਤਹਿਤ ਉਹਨੂੰ ਇੰਡੀਆ ਭੇਜਿਆ ਜਾਂਦਾ ਤੇ ਇੰਡੀਆ ਦੇ ਵਿੱਚ ਉਹਦਾ ਕਤਲ ਕੀਤਾ ਜਾਂਦਾ ਤੇ ਹੁਣ ਪੁਲਿਸ ਨੇ ਤਿੰਨ ਬੰਦਿਆਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਮਾਪੇ ਦੇ ਜਿਹੜੇ ਮਨਜਿੰਦਰ ਦੇ ਮਾਪੇ ਹੁੰਦੇ ਨੇ ਇੰਡੀਆ ਦੇ ਵਿੱਚ ਤੇ ਮਨਜਿੰਦਰ ਦੇ ਖਿਲਾਫ ਹੁਣ ਮਨਜਿੰਦਰ ਜਿਹੜਾ ਉਹ ਦੋ ਨੰਬਰ ਦੇ ਵਿੱਚ ਅਮਰੀਕਾ ਦੇ ਵਿੱਚ ਰਹਿ ਰਿਹਾ ਹਾਲ ਫਿਲਹਾਲ ਪਰ ਪੁਲਿਸ ਪੂਰੀ ਕੋਸ਼ਿਸ਼ ਕਰ ਰਹੀ ਹੈ ਵੀ ਉਹਨੂੰ ਵੀ ਇੰਡੀਆ ਲਿਆਇਆ ਜਾਏ ਤੇ ਪੁਲਿਸ ਦੀ ਹੁਣ ਜਿਹੜੀ ਪੂਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਬੂਤ ਇਕੱਠੇ ਕਰਨ ਦੀ ਤੇ ਪੂਰੀ ਉਹਨਾਂ ਦੀ ਕੋਸ਼ਿਸ਼ ਹੈ ਵੀ ਜਿਹੜੇ ਅਪਰਾਧੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਏ ਜਿਨ੍ਹਾਂ ਨੇ ਅਪਰਾਧ ਕੀਤਾ ਤੇ ਰਾਜੀਵ ਦੀ ਮਾਂ ਦਾ ਕਹਿਣਾ ਹੁੰਦਾ ਵੀ ਜਿਹੜੇ ਰਾਜੀਵ ਦੇ ਫੋਨ ਡਾਕੂਮੈਂਟ ਜਿੰਨੇ ਵੀ ਉਹਦੇ ਹੈਗੇ ਨੇ ਤੇ ਇੱਕ ਉਹਦਾ ਬੇਟਾ ਉਹ ਸਾਡੇ ਹਵਾਲੇ ਕੀਤਾ ਜਾਵੇ ਉਹ ਸਾਡ ਨੂੰ ਉਹਦੀ ਕਸਟਡੀ ਦਿੱਤੀ ਜਾਵੇ ਕਿਉਂਕਿ ਜਿਹੜੇ ਮੇਰੀ ਬੇਟੀ ਨੂੰ ਮਾਰ ਸਕਦੇ ਨੇ ਤੇ ਬੱਚਾ ਵੀ ਉਹਨਾਂ ਦਾ ਕੀ ਲੱਗਦਾ ਤਾਂ ਬੱਚੇ ਨੂੰ ਵੀ ਮਾਰ ਸਕਦੇ ਨੇ ਤੇ ਸਾਨੂੰ ਬੱਚੇ ਦੀ ਜਾਨ ਦਾ ਵੀ ਖਤਰਾ ਹੈ ਉਹਦੀ ਕਸਟਡੀ ਵਾਸਤੇ ਵੀ ਮੰਗ ਕਰਦੀ ਉਹਦੀ ਮਾਂ ਤੇ ਹੁਣ ਦੇਖੋ ਤੁਸੀਂ ਵੀ ਜਿਸ ਔਰਤ ਨੇ ਉਹਨੂੰ ਵਿਆਹ ਕਰਾ ਕੇ ਅਮਰੀਕਾ ਲੈ ਕੇ ਗਈ ਅਮਰੀਕਾ ਪਹੁੰਚੇ ਤਾਂ ਹੁਣ ਜਿਹੜਾ ਸਾਰਾ ਕੁਝ ਉਹਨੂੰ ਹਤਿਆ ਕੇ ਤੇ ਉਹਨੂੰ ਜਾਨੋਂ ਮਾਰ ਦਿੱਤਾ ਲਾਲਚ ਵੀ ਚਲੋ ਲਾਲਚ ਹਰ ਇੱਕ ਨੂੰ ਹੁੰਦਾ ਪਰ ਇੰਨਾ ਲਾਲਚ ਕਿ ਕਿਸੇ ਦੀ ਜਾਨ ਹੀ ਲੈ ਲਈ ਉਹ ਵੀ ਆਪਣੀ ਧਰਮ ਪਤਨੀ ਸੀ ਜਿਹੜੀ ਅਰਧਾਂਗਨੀ ਜਿਹਨੂੰ ਕਿਹਾ ਜਾਂਦਾ ਤੇ ਉਹਦੇ ਬੱਚੇ ਦੀ ਮਾਂ ਵੀ ਸੀ 7 ਸਾਲ ਉਸ ਨਾਲ ਬਤਾਏ ਤੇ ਅਖੀਰ ਉਹਨੂੰ ਮਾਰਨ ਲੱਗਿਆ 1 ਮਿੰਟ ਵੀ ਨਹੀਂ ਸੋਚਿਆ ਤੇ ਮਾਰ ਕੇ ਹੁਣ ਜਿਹੜੀ ਹਸਦੀ ਵਸਦੀ ਇੱਕ ਜ਼ਿੰਦਗੀ ਸੀ ਖੂਬਸੂਰਤ ਲੜਕੀ ਸੀ ਜਿਹੜੀ ਇਸ ਦੁਨੀਆ ਤੋਂ ਚਲੀ ਗਈ ਰਾਜਦੀਪ कौर ਤੇ ਮਨਜਿੰਦਰ ਦੇ ਹੱਥ ਵਿਕੀ ਆਇਆ ਹਾਲ ਫਿਲਹਾਲ ਹਜੇ ਲੁੱਕ ਕੇ ਆਪਣੀ ਜ਼ਿੰਦਗੀ ਕੱਢ ਰਿਹਾ ਤੇ ਜਿਹੜੇ ਮਾਪੇ ਨੇ ਉਹ ਹੁਣ ਜੇਲ੍ਹ ਦੇ ਵਿੱਚ ਨੇ ਜਿਹੜਾ ਮਨਜਿੰਦਰ ਸੀ ਉਹਨੇ ਤਾਂ ਗਲਤੀ ਕੀਤੀ ਕੀਤੀ ਉਹਨੇ ਤਾਂ ਗਲਤ ਸੋਚਿਆ ਹੀ ਸੋਚਿਆ ਹੁਣ ਮਾਪੇ ਜਿਹੜੇ ਸੀ ਉਹਨਾਂ ਦੀ ਇੰਨੀ ਉਮਰ ਹੋ ਚੁੱਕੀ ਸੀ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਤੇ ਉਹਨਾਂ ਨੇ ਵੀ ਅਪਰਾਧ ਕਰਨ ਲੱਗਿਆ ਇੱਕ ਮਿੰਟ ਨਹੀਂ ਲਾਇਆ ਸਿਰ ਪਰ ਲਾਲ ਚ ਪਿੱਛੇ ਕਿ ਜਿਹੜਾ ਦਾ ਪੈਸਾ ਮਿਲੇਗਾ ਉਹ ਸਾਨੂੰ ਮਿਲੇਗਾ ਉਹਨੂੰ ਮਾਰ ਕੇ ਪੈਸਾ ਲੈਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਨਾ ਤਾਂ ਪੈਸਾ ਮਿਲਿਆ ਜਿਹੜੀ ਬਦਨਾਮੀ ਮਿਲੀ ਜੱਗ ਦੀ ਉਹ ਅੱਡ ਤੇ ਅੱਜ ਜੇਲ੍ਹ ਦੇ ਵਿੱਚ ਹੁਣ ਆਉਣ ਵਾਲੀ ਜ਼ਿੰਦਗੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਹੋ ਸਕਦਾ ਸਾਰੀ ਜ਼ਿੰਦਗੀ ਆਪਣੀ ਜੇਲ੍ਹ ਦੇ ਵਿੱਚ ਬਿਤਾਣ ਤਾਂ ਕਹਾਣੀ ਦੇ ਵਿੱਚ ਦੇਖੋ ਜਿਹੜੀ ਇਹ ਕਹਾਣੀ ਸੁਣਾਉਣ ਦਾ ਮਕਸਦ ਸੀ ਇਹ ਸੀ ਵੀ ਜਿਹੜੇ ਹੁਣ ਰਿਸ਼ਤੇ ਨੇ ਉਹ ਕਿਸ ਹੱਦ ਤੱਕ ਤੇ ਕਿਸ ਪਾਸੇ ਜਾ ਰਹੇ ਨੇ ਹੁਣ ਬੰਦਾ ਆਪਣਾ ਧਿਆਨ ਕਿੱਥੋਂ ਰੱਖੇ ਤੇ ਕਿਸ ਕਿਸ ਤੋਂ ਰੱਖੇ ਹੁਣ ਪਤੀ ਪਤਨੀ ਤੋਂ ক্লোਜ਼ ਕੋਈ ਰਿਸ਼ਤਾ ਨਹੀਂ ਹੋ ਸਕਦਾ ਤੇ ਸੱਸ ਸੋਹਰਾ ਸੀ ਆ ਉਹਦੇ ਪਤੀ ਦੇ ਮਾਸੀ ਉਹਦਾ ਜਿਹੜਾ ਬੱਚਾ ਸੀ ਉਹਦੇ ਦਾਦਾ ਦਾਦੀ ਸੀ ਉਹਨਾਂ ਨੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਹਮੇਸ਼ਾ ਆਪਣਾ ਤੇ ਆਪਣੇਆਂ ਦਾ ਧਿਆਨ ਰੱਖੋ ਸਤਾਰਕ ਰਹੋ ਆਪਣੇ ਪਰਿਵਾਰ ਦਾ ਧਿਆਨ ਰੱਖੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ